ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਅਹਿਮ ਖਬਰ ਤੋਂ ਕੈਪਟਨ ਦੇ ਮੁਰ ਗਠਨ ਦੌਰਾਨ ਪ੍ਰਗਟ ਸਿੰਘ ਨੂੰ ਬਣਾਇਆ ਜਾ ਸਕਦਾ ਹੈ ਨਵਾਂ ਖੇਡ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਨਨ ਤੋਂ 3 ਦਿਨ ਬਾਅਦ ਤੱਕ ਕੈਬਨਿਟ ਦਾ ਮੋੜ ਗਠਣਾ ਨਹੀਂ ਕੀਤਾ ਗਿਆ ਹਾਲਾਂਕਿ ਇਸ ਦੇ ਲਈ ਉਹ ਮੰਗਲਵਾਰ ਨੂੰ ਦਿੱਲੀ ਜਾ ਕੇ ਹਾਈ ਕਮਾਂਡ ਨਾਲ ਚਰਚਾ ਕਰ ਰਹੇ ਹਨ ਪਰ ਹੁਣ ਤੱਕ ਕੋਈ ਤਸਵੀਰ ਸਾਫ ਨਹੀਂ ਹੋ ਸਕੀ ਜਿਸ ਕਾਰਨ ਔਟਕਲਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਕੈਪਟਨ ਮਰਿੰਦਰ ਸਿੰਘ ਖੇਮੇ ਦੇ ਕਿੰਨੇ ਮੰਤਰੀਆਂ ਦੀ ਕੁਰਸੀ ਬਰਕਰਾਰ ਰਹੇਗੀ ਕਿੰਨਾ ਦੀ ਸ਼ਾਂਤੀ ਹੋਣ ਜਾ ਰਹੀ ਹੈ ਜੋਨਾਂ ਤੋਂ ਪਹਿਲਾਂ ਕੇਂਦਰ ਸਰਕਾਰ ਖੇਡੇਗੀ ਵਟਾ ਦਾ ਐਮਐਸਪੀ ਨੂੰ ਮਿਲ ਸਕਦਾ ਹੈ ਕਾਨੂੰਨੀ ਰੂਪ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ ਹੋ ਗਿਆ ਤਕਰੀਬਨ ਪਿਛਲੇ 10 ਮਹੀਨਿਆਂ ਤੋਂ ਕਿਸਾਨ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਹਨ ਇਸ ਦੌਰਾਨ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਲਪਾਉਣ ਦੇ ਲਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਮਐਸਪੀ ਨੂੰ ਕਾਨੂੰਨੀ ਰੂਪ ਦੇ ਸਕਦੀ ਹੈ ਭਾਜਪਾਗਮਾ ਨੇ ਹਾਈ ਕਮਾਂਡ ਨੂੰ ਗੰਨੇ ਦੀ ਕੀਮਤ ਵਧਾਉਣ ਲਈ ਕਟੋ-ਘਟ ਸਮਰਥਨ ਮੁੱਲ ਤੇ ਕਾਨੂੰਨ ਬਣਾਉਣ ਦਾ ਸੁਝਾਅ ਵੀ ਦਿੱਤਾ ਹੈ ਕਿਸਾਨਾਂ ਨੇ ਮੌਜੂਦਾ ਐਮਐਸਪੀ ਨੂੰ ਗਰੰਟੀ ਕਾਨੂੰਨ ਬਣਾਉਣ ਦੀ ਬਜਾਏ ਸੀ2+50 ਦੀ ਮੰਗ ਕੀਤੀ ਹੈ ਕੈਪਟਨ ਦੇ ਬਾਗੀ ਤੇਵਰਾਂ ਦਾ ਤ੍ਰਿਪਤ ਰਜਿੰਦਰ ਬਾਜਵਾ ਨੇ ਦਿੱਤਾ ਜਵਾਬ ਪੰਜਾਬ ਦੇ ਸਾਬਕਾ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਬਾਕੀ ਤੇਵਰਾਂ ਦਾ ਜਵਾਬ ਸਿੱਧੂ ਢੜੇ ਵੱਲੋਂ ਮਿਲ ਗਿਆ ਹੈ ਸਾਬਕਾ ਮੰਤਰੀ ਤ੍ਰਿਪੱਤਰ ਜਨਦਰ ਸਿੰਘ ਬਾਦਵਾ ਨੇ ਸਖਤ ਪ੍ਰਿਕਿਰਿਆ ਦਿੱਤੀ ਉਹਨਾਂ ਨੇ ਕਿਹਾ ਕਿ ਕਿਸੇ ਦੀ ਸਰਪੰਚੀ ਚਲੀ ਜਾਵੇ ਤਾਂ ਉਹ ਮਾਨਸਿਕ ਸੰਤੁਲਨ ਗਵਾ ਬੈਠਦਾ ਹੈ ਕੈਪਟਨ ਮਰਿੰਦਰ ਸਿੰਘ ਨੇ ਤਾਂ ਸੀਐਮ ਦੀ ਕੁਰਸੀ ਗਵਾਈ ਹੈ ਬਾਦਵਾ ਨੇ ਕੈਪਟਨ ਦੇ ਹਰ ਦੋਸਤ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਅਮਰਿੰਦਰ ਦਾ ਭਵਿੱਖ ਕੀ ਹੋਵੇਗਾ ਇਹ ਉਹਨਾਂ ਵੱਲੋਂ ਚੁੱਕੇ ਗਏ ਕਾਰਨ ਦੱਸਣਗੇ ਕੈਪਟਨ ਨੇ ਸਿੱਧੂ ਨੂੰ ਸੀਐਮ ਤੋਂ ਰੋਕਣ ਲਈ ਮਜਬੂਤ ਉਮੀਦਵਾਰ ਉਤਾਰਨ ਦੀ ਗੱਲ ਕਈ ਬਾਦਵਾਨ ਨੇ ਕਿਹਾ ਕਿ ਅਮਰਿੰਦਰ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਉਹ ਕਾਂਗਰਸ ਛੱਡ ਕੇ ਉਮੀਦਵਾਰ ਉਤਾਰਨਗੇ ਜਾਂ ਪਾਰਟੀ ਦੇ ਵਿੱਚ ਰਹਿ ਕੇ ਲੜਾਈ ਲੜਨਗੇ ਬਾਦਵਾਨ ਕਹਿੰਿਆ ਕੈਪਟਨ ਕਹਿ ਰਹੇ ਨੇ ਕਿ ਉਹ ਸੀਐਮ ਰਹਿੰਦੇ ਤਾਂ ਕਾਂਗਰਸ ਦੇ ਵਿੱਚ ਪੰਜਾਬ ਕਾਂਗਰਸ ਤੋਂ 2022 ਦੀ ਚੋਣ ਜਿੱਤ ਜਾਂਦੀ ਹੁਣ ਹਾਈ ਕਮਾਂਡ ਸਿੱਧੂ ਅਤੇ ਚੰਨੀ ਨੂੰ ਮਿਲ ਗਈ ਆ ਪਾਰਟੀ ਮਰ ਗਈ ਬਾਦਵਾਨ ਕਹਿੰਿਆ ਕੈਪਟਨ ਦਾ ਵਹਿਮ ਹੈ ਕਿ ਕੁਝ ਲੋਕਾਂ ਦੀ ਮਰਜ਼ੀ ਹੈ ਇਹ 2022 ਦੇ ਵਿੱਚ ਇਸ ਦਾ ਪਤਾ ਚੱਲ ਜਾਵੇਗਾ। ਹਰਿਆਣਾ ਦੇ ਵਿੱਚ ਵੱਡਾ ਹਾਦਸਾ ਸਕੂਲ ਦੇ ਕਮਰੇ ਦੀ ਛੱਤ ਡਿੱਗੀ ਤੀਜੀ ਜਮਾਤ ਦੇ 27 ਬੱਚੇ ਮਲਬੇ ਹੇਠਾਂ ਦੱਬੇ ਗਨੌਰ ਦੇ ਖੱਬੇ ਪਾਸੇ ਸਥਿਤ ਜੀਵਾਨੰਦ ਪਬਲਿਕ ਸਕੂਲ ਦੇ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਸਕੂਲ ਦੇ ਕਮਰੇ ਦੀ ਛੱਤ ਡਿੱਗਣ ਨਾਲ ਤੀਜੀ ਜਮਾਤ ਦੇ 27 ਬੱਚੇ ਮਲਬੇ ਦੇ ਹੇਠਾਂ ਦੱਬ ਗਏ ਛੱਤ ਤੇ ਮਿੱਟੀ ਪਾਉਣ ਦਾ ਕੰਮ ਚੱਲ ਜੂ ਲੱਗੇ ਤਿੰਨ ਮਜ਼ਦੂਰ ਵੀ ਮਲਬੇ ਚੋਂ ਦੱਕ ਦੱਬ ਗਏ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਗੰਬੀਰ ਬੱਚਾ ਨੂੰ ਗੰਬੀਰ ਹਾਲਤ ਦੇ ਵਿੱਚ ਪੀਜੀਆਈ ਰੋਤਕ ਰੈਫਰ ਕਰ ਦਿੱਤਾ ਗਿਆ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵਿਨੀ ਮਹਾਜਨ ਦੀ ਹੋਈ ਛੁੱਟੀ ਅਨੁਰਧ ਤਿਵਾੜੀ ਹੋਣਗੇ ਪੰਜਾਬ ਦੇ ਮੁੱਖ ਸਖਤਰ ਵੱਡੀ ਖਬਰ ਹੈ ਖਬਰ ਦੇ ਵੱਲ। ਅਰੋਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਵਿਨੀ ਮਹਾਜਨ ਦੀ ਥਾਂ ਤੇ ਅਨੁਰਧ ਤਿਵਾੜੀ ਨੂੰ ਮੁੱਖ ਸਕੱਤਰ ਲਾਇਆ ਗਿਆ ਹੈ ਅਨੁਰਧ ਤਿਵਾੜੀ 1980 ਬੈਂਚ ਦੇ ਆਈਐਸ ਅਧਿਕਾਰੀ ਸਨ ਤੇ ਪਿਛਲੀ ਸਰਕਾਰਾਂ ਦੌਰਾਨ ਵੀ ਅਨੁਰਧ ਤਿਵਾੜੀ ਨੇ ਕਈ ਵੱਡੀ ਪੋਸਟਿੰਗ ਤੇ ਰਹ ਚੁੱਕੇ ਨੇ ਅਨੁਰਧ ਤਿਵਾੜੀ ਨੂੰ ਮੁੱਖ ਸਕੱਤਰ ਲਾਉਣ ਲਈ ਸੀਨੀਅਰ ਅਧਿਕਾਰੀਆਂ ਨੂੰ ਮੁੱਖ ਸਕੱਤਰ ਰੈਂਕ ਵੀ ਸਰਕਾਰ ਨੂੰ ਦੇਣਾ ਪਿਆ ਕਿਉਂਕਿ ਅਨੁਰਧ ਤਿਵਾੜੀ ਤੋਂ ਸਰਚਾਰ ਅਧਿਕਾਰੀ ਸੀਨੀਅਰ ਐਸਐਮਏ ਸਰਕਾਰ ਦੇ ਵਿੱਚ ਕੰਮ ਕਰ ਰਹੇ ਹਨ ਮੇਰੇ ਵਰਗੇ ਸੀਨੀਅਰ ਅਧਿਕਾਰੀ ਨਾਲ ਅਜਿਹਾ ਸਲੂਕ ਹੋਇਆ ਤਾਂ ਵਰਕਰਾਂ ਨਾਲ ਕਿਹੋ ਜਿਹਾ ਹੁੰਦਾ ਹੋਵੇਗਾ ਕੈਪਟਨ ਕਾਂਗਰਸ ਦੇ ਲੀਡਰ ਸੁਪਰੀਆ ਸ਼੍ਰੀ ਨੇਤ ਦੇ ਜਵਾਬ ਦਾ ਬਿਆਨ ਦਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰਨ ਕਾਨ ਨੇ ਕਾਂਗਰਸ ਤੇ ਹੀ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਜੇ ਮੇਰੇ ਵਰਗੇ ਸੀਨੀਅਰ ਲੀਡਰ ਨਾਲ ਅਜਿਹਾ ਸਲੂਕ ਹੋਇਆ ਹੈ ਤਾਂ ਵਰਕਰਾਂ ਨਾਲ ਕਿਹੋ ਜਿਹਾ ਹੋਵੇਗਾ ਪਰ ਇਹ ਅਜੇ ਹੀ ਵੱਡੀ ਪੁਰਾਣੀ ਕਾਂਗਰਸ ਪਾਰਟੀ ਵਿੱਚ અપਮਾਨ ਦੀ ਥਾਂ ਮੇਰੇ ਵਰਗੇ ਪਾਰਟੀ ਦੇ ਸੀਨੀਅਰ ਲੀਡਰ ਨਾਲ ਸਲੂਕ ਇਹੋ ਜਿਹਾ ਕੀਤਾ ਜਾ ਰਿਹਾ ਤਾਂ ਵਰਕਰਾਂ ਨੂੰ ਕੀ ਕੀ ਸਹਿਣਾ ਪੈਂਦਾ ਹੋਵੇਗਾ ਅੱਜੇ ਖਤਮ ਨਹੀਂ ਹੋਈ ਕਰੋਨਾ ਦੀ ਦੂਜੀ ਲਹਿਰ ਤਿਹਾਰਾਂ ਦੇ ਦੌਰਾਨ ਸਾਵਧਾਨ ਰਹਿਣ ਲੋਕ ਕਰੋਨਾ ਵਾਇਰਸ ਦਾ ਖਤਰਾ ਭਾਵੇਂ ਕੱਟ ਗਿਆ ਪਰ ਹੁਣ ਵੀ ਅਸੀਂ ਮਹਾਮਾਰੀ ਦੀ ਦੂਜੀ ਲਹਿਰ ਦੇ ਦਰਮਿਆਨ ਹਾਂ ਤਿਹਾੜੀ ਸੀਜ਼ਨ ਨੂੰ ਵੇਖਦਿਆਂ ਸਾਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ कोरोना ਦਾ ਖਤਰਾ ਅਜੇ ਘਟਿਆ ਨਹੀਂ ਕੇਰਲ ਇੱਕੋ ਮਾਤਰ ਅਜਿਹਾ ਸੂਬਾ ਜਿੱਥੇ ਕੋਵਿਡ-19 ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਵੱਧ ਹੈ ਪਿਛਲੇ ਹਫਤੇ ਸਾਹਮਣੇ ਆਏ ਮਾਮਲਿਆਂ ਦੇ ਵਿੱਚ 62.73% ਇਸੇ ਸੂਬੇ ਤੋਂ ਸੀ ਸਿਹਤ ਅਤੇ ਪਰਿਵਾਰ ਭਲਾਈ ਕल्याण ਮੰਤਰੀ ਕੋਵਿਡ-19 ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਪਿਛਲੇ 24 ਘੰਟਿਆਂ ਵਿੱਚ 31000 ਨਵੇਂ ਮਾਮਲੇ ਸਾਹਮਣੇ ਆਏ ਨੇ ਦੇਸ਼ ਦੀ ਟੀਕਾ ਕਰਨ ਦਰ 83.39 ਕਰੋੜ ਹੈ ਆਪਾਤ ਅਤੇ ਬੇਸਹਾਰਾ ਲੋਕਾਂ ਨੂੰ ਦਿੱਤੀ ਜਾ ਸਕ ਜਾਵੇਗੀ ਵੈਕਸੀਨ ਸਰਕਾਰ ਦਾ ਵੱਡਾ ਫੈਸਲਾ ਪਿਛਲੇ 24 ਘੰਟਿਆਂ ਵਿੱਚ ਕਰੋਨਾ ਵਾਇਰਸ ਦੇ 31000 ਨਵੇਂ ਮਾਮਲੇ ਸਾਹਮਣੇ ਆਏ ਨੇ ਜ਼ਿਆਦਾਤਰ ਮਾਮਲੇ ਕੇਰਲ ਅਤੇ ਮਹਾਰਾਸ਼ਟਰ ਦੇ ਹਨ ਕੇਂਦਰੀ ਸਿਹਤ ਸਕੱਤਰ ਰਾਜੇਸ਼ ਪੂਸ਼ਣ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਜੀ ਪਿਛਲੇ ਹਫਤੇ ਵਿੱਚ ਕੁੱਲ ਕੇਸਾਂ 'ਚੋਂ 62.73% ਦੀ ਇਕੱਲੇ ਕੇਰਲ ਦੇ ਨੇ ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਅਪਾਹਜ ਅਤੇ ਬੇਸਹਾਰਾ ਲੋਕਾਂ ਨੂੰ ਘਰ-ਘਰ ਜਾ ਕੇ ਵੈਕਸੀਨ ਦਿੱਤੀ ਜਾਵੇਗੀ ਸੀਐਮ ਚੰਨੀ ਦੇ ਬੇਬਾਕ ਬੋਲ ਮੈਨੂੰ ਲੋਕਾਂ ਦਾ ਸਾਥ ਚਾਹੀਦਾ ਸੁਰੱਖਿਆ ਲਈ ਗਨਮੈਨ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਨੇ ਸੁਰੱਖਿਆ ਵਾਦਾ ਦਿੱਤੀਆ ਸੁਰੱਖਿਆ ਦਾ ਵਾਦਾ ਦਿੱਤੀ ਗਈ ਸੀ ਉਹਨਾਂ ਨੂੰ ਹਾਈ ਸਕਿਉਰਿਟੀ ਦੇ ਨਾਲ-ਨਾਲ ਗਨਮੈਨ ਵੀ ਦਿੱਤੇ ਕਿ ਇਸ ਤੋਂ ਇਲਾਵਾ ਉਹਨਾਂ ਦੀ ਸੁਰੱਖਿਆ ਲਈ ਵੱਡੀਆਂ ਗਿਣਤੀ ਵਿੱਚ ਗੱਡੀਆਂ ਵੀ ਲਾ ਦਿੱਤੀਆਂ ਗਈਆਂ ਪੰਜਾਬ ਦੇ ਨਵੇਂ ਸਖਤਰ ਚਰਨਜੀਤ ਸਿੰਘ ਚੰਨੀ ਦੇ ਅਨੁਸਾਰ ਉਹਨਾਂ ਦਾ ਕੰਮ ਚੱਲ ਸਕਦਾ ਹੈ ਉਹਨਾਂ ਨੂੰ ਸੁਰੱਖਿਆ ਲੈਣ ਦੀ ਲੋੜ ਨਹੀਂ ਚਰਨਜੀਤ ਚੰਨੀ ਨੇ ਬਿਬਾਕਬੂਲ ਇੰਦਰ ਕੁਮਾਰ ਗੁਜਰਾਲ ਤਕਨੀਕੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਰੋਜ਼ਗਾਰ ਮੇਲੇ 'ਚ ਬੋਲੇ ਇਸ ਮੌਕੇ ਚੰਨੀ ਨੇ ਕਿਹਾ ਕਿ ਜਿਸ ਦਿਨ ਉਹ ਮੁੱਖ ਮੰਤਰੀ ਬਣੇ ਉਹਨਾਂ ਨੂੰ ਲੱਗਾ ਕਿ ਉਹ ਫਸ ਗਏ ਮੁੱਖ ਮੰਤਰੀ ਬਨਨ ਤੇ ਉਹਨਾਂ ਦੇ ਅੱਗੇ ਪਿੱਛੇ ਬਹੁਤ ਸਾਰੇ ਲੋਕ ਨੇ ਮੇਰੀ ਸੁਰੱਖਿਆ ਲਈ ਬਹੁਤ ਸਾਰੀਆਂ ਗੱਡੀਆਂ ਗਨਮੈਨਾ ਦਾ ਇੰਤਜ਼ਾਮ ਕੀਤਾ ਗਿਆ ਜਿਨ੍ਹਾਂ ਨੂੰ ਵੇਖ ਕੇ ਮੈਂ ਇਹਨਾਂ ਨੂੰ ਹਟਾਉਣ ਲਈ ਕਹਿ ਦਿੰਦਾ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਲਈ ਦਾਖਲਾ ਪੱਤਰ ਜਾਰੀ ਪੰਜਾਬ ਪੁਲਿਸ ਅਦੀਨ ਸੇਵਾਵਾਂ ਚੋਣ ਬੋਰਡ ਨੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਲਈ ਦਾਖਲਾ ਕਾਰਡ ਜਾਰੀ ਕਰ ਦਿੱਤਾ ਗਿਆ ਉਮੀਦਵਾਰ ਪ੍ਰੀਖਿਆ ਚ ਦਾਖਲਾ ਕਾਰਡ ਬੋਰਡ ਦੀ ਅਧਿਕਾਰਤ ਵੈੱਬਸਾਈਟ triples.punjabdi.gov.in ਤੇ ਜਾ ਕੇ ਜਾਂ punjabpolice.gov.in ਤੋਂ ਜਾ ਕੇ ਡਾਊਨਲੋਡ ਕਰ ਸਕਦੇ ਨੇ ਪ੍ਰੀਖਿਆ 22 ਅਤੇ 26 ਸਤੰਬਰ 2021 ਨੂੰ ਕਰਵਾਈ ਜਾਵੇਗੀ ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ ਇਸ ਵਿੱਚ ਜ਼ਿਲ੍ਹਾ ਪੁਲਿਸ ਕਾਡਰ ਦੀਆਂ 215 ਅਸਾਮੀਆਂ ਤੇ ਆਰਮਡ ਪੁਲਿਸ ਕਾਡਰ ਦੀਆਂ 2343 ਸਾਮੀਆਂ ਸ਼ਾਮਲ ਹਨ ਹੁਣ ਹਰ ਭਾਰਤੀ ਕੋਲ ਹੋਵੇਗਾ ਯੂਨੀਕ ਹੈਲਥ ਕਾਰਡ ਪੀਐਮ મોદી ਲਾਂਚ ਕਰਨਗੇ ਡਿਜੀਟਲ ਹੈਲਥ ਮਿਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ਕਬਾਡੀ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਇਸ ਦੇ ਤਹਿਤ ਹਰ ਇੱਕ ਭਾਰਤੀ ਨੂੰ ਯੂਨੀਕ ਹੈਲਥ ਆਈਡੀ ਕਾਰਡ ਮਿਲੇਗੀ ਦਾਰਾਸਲ ਪ੍ਰਧਾਨ ਮੰਤਰੀ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਨੂੰ ਲਾਂਚ ਕਰਨਗੇ ਸਿਹਤ ਮੰਤਰੀ ਮਨਸੂਖ ਮਾਂਡਵਿਆ ਨੇ ਇਹ ਸੀਕ੍ਰੇਟ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਪੀਐਮ ਡੀਐਚਪ ਅਧੀਨ ਲੋਕਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਡਿਜੀਟਲ ਹੈਲਥ ਆਈਡੀ ਵਿੱਚ ਨਾਗਰਿਕਾਂ ਦਾ ਸਿਹਤ ਰਿਕਾਰਡ ਸ਼ਾਮਲ ਹੋਵੇਗਾ ਇਹ ਯੂਨੀਕ ਕਾਰਡ ਦੇ ਨਾਲ ਪਤਾ ਚੱਲ ਜਾਵੇਗਾ ਮਰੀਜ਼ ਦਾ ਇਲਾਜ ਕਿੱਥੇ ਕੀਤਾ ਗਿਆ ਹੈ ਯੂਨੀਕ ਹੈਲਥ ਕਾਰਡ ਇੱਕ 14 ਅੰਕਾਂ ਦਾ ਨੰਬਰ ਹੋਵੇਗਾ ਦੋਸਤੋ ਜਿਸ ਤਰ੍ਹਾਂ ਤੁਹਾਡਾ ਆਧਾਰ ਕਾਰਡ ਹੈ ਇਸ ਦੀ ਮਦਦ ਨਾਲ ਵਿਅਕਤੀ ਦਾ ਹੈਲਥ ਕਾਰਡ ਦੇਖਿਆ ਜਾਵੇਗਾ ਹੈਲਥ ਆਈਡੀ ਕਾਰਡ ਵਿਅਕਤੀ ਦੇ ਆਧਾਰ ਕਾਰਡ ਜਾਂ ਮੋਬਾਈਲ ਨੰਬਰ ਦੇ ਨਾਲ ਤਿਆਰ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ਮਗਰੋਂ ਹਰਕਤ ਜੋ ਆਇਆ ਬਿਜਲੀ ਵਿਭਾਗ ਮਹਾਂ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਆਪਣਾ ਅਹੁਦਾ ਸੰਭਾਲਦਿਆਂ ਪਹਿਲੇ ਦਿਨ ਗਰੀਬਾਂ ਅਤੇ ਨੂੰ ਸੂਚਿਤ ਜਾਤੀ ਸ਼੍ਰੇਣੀਆਂ ਨਾਲ ਸੰਬੰਧਿਤ ਲੋਕਾਂ ਨੂੰ ਰਾਹਤ ਦੇਣ ਦੀ ਕੋਝ ਐਲਾਨ ਕੀਤੇ ਗਏ ਇਸ ਤੋਂ ਬਾਅਦ ਬਿਜਲੀ ਵਿਭਾਗ ਨੇ ਹਰਕਤ ਦੇ ਵਿੱਚ ਆਉਂਦਿਆਂ ਇਨਆ ਰੈਇਤਾਂ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਹੈ ਪੰਜਾਬ ਸਟੇਟ ਪਾਵਰ ਕਾਮ ਕਾਰਪੋਰੇਸ਼ਨ ਲਿਮਟਿਡ ਡਾਇਰੈਕਟਰ ਪੀਐਸ ਗਰੇਵਾਲ ਵੱਲੋਂ ਵੀਡੀਓ ਕਾਨਫਰੰਸ ਕਰਕੇ ਮੈਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਕੀ ਪੰਜਾਬ ਵਿੱਚ ਜਿਹੜੇ ਲੋਕ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਅਤੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ ਉਹਨਾਂ ਦਾ ਬਿੱਲ ਤੈਗੀ ਕਰਨ ਬਿੱਲ ਅਦਾਇਗੀ ਕਰਨ ਕੋਈ ਵੀ ਕਨੈਕਸ਼ਨ ਨਾ ਕੱਟਿਆ ਜਾਵੇ ਉਹਨਾਂ ਨੇ ਕਿਹਾ ਜੇਕਰ ਕੋਈ ਕਨੈਕਸ਼ਨ ਕੱਟਿਆ ਗਿਆ ਤਾਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਜੋੜਿਆ ਜਾਵੇ ਵੀ ਹਦਾਇਤ ਕੀਤੀ ਕਿ ਸੰਬੰਧਤ ਸ਼੍ਰੇਣੀਆਂ ਦੇ ਕਨੈਕਸ਼ਨਾਂ ਦੀ ਚੈਕਿੰਗ ਵੀ ਨਾ ਕੀਤੀ ਜਾਵੇ ਪਰ ਜੇਕਰ ਬਿਜਲੀ ਚੋਰੀ ਸੰਬੰਧੀ ਕੋਈ ਵੀ ਮਸਲਾ ਹੋਵੇ ਤਾਂ ਬਣਦੀ ਕਾਰਵਾਈ ਅਮਰਦੇਵ ਵਿੱਚ ਲਿਆਂਦੀ ਜਾਵੇ। ਜਦੋਂ ਮੁੱਖ ਮੰਤਰੀ ਚੰਨੀ ਨੇ ਖੁਦ ਸਟੇਜ ਤੇ ਚੜ ਕੇ ਪੰਗੜਾ ਪਾਇਆ ਤਾਂ ਲੋਕਾਂ ਦੇ ਉੱਡੇ ਹੋਸ਼ ਆਈ ਕੇ ਗੁਜਰਾਲ ਪੰਜਾਬ ਤਕਨੀਕ ਯੂਨੀਵਰਸਿਟੀ ਕਪੂਰਥਲਾ ਵਿਖੇ ਡਾਕਟਰ ਬੀ ਆਰ ਅੰਬੇਦਕਰ ਦਾ ਜਾਇਬਕਰਦਾ ਨੀ ਪੱਤਰ ਸਮਾਗਮ ਚੋਂ ਸੂਪਾ ਪਦਰੀ ਮੈਗਾ ਰੁਜ਼ਗਾਰ ਮੇਲੇ ਦੀ ਸਮਾਪਤੀ ਸਮਾਰੋਹ ਦੇ ਵਿੱਚ ਲੋਕ ਨਾਚ ਪੰਗੜੇ ਦੀ ਪੇਸ਼ਕਾਰੀ ਮੌਕੇ ਸਮਾਗਨ ਦੇ ਮੁੱਖ ਮਹਿਮਾਨ ਵਜੋਂ ਚਰਨਜੀਤ ਸਿੰਘ ਚੰਨੀ ਨੇ ਖੁਦ ਸਟੇਜ ਦੇ ਉੱਪਰ ਚੜ੍ਹ ਕੇ ਪੰਗੜੇ ਵਾਲੇ ਵਿਦਿਆਰਥੀਆਂ ਦੇ ਨਾਲ ਪੰਗੜਾ ਪਾਇਆ ਤੇ ਉਹਨਾਂ ਦਾ ਹੌਸਲਾ ਵਧਾਇਆ। ਪੀਟੀਯੂ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਲਈ ਮੀ ਜੋ ਤਿਆਰ ਹੋਇਆ ਖਾਣਾ ਰੁੜਗੇ ਭਾਂਡੇ ਸੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਪੂਰਥਲਾ ਵਿਖੇ ਇੰਦਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਇੱਥੇ ਪਹੁੰਚਣ ਤੋਂ ਪਹਿਲਾਂ ਬਾਰਸ਼ ਨੇ ਯੂਨੀਵਰਸਿਟੀ ਵਿੱਚ ਕੀਤੇ ਪ੍ਰਬੰਧਾਂ ਦੀ ਪੂਰ ਖੋਲ ਦਿੱਤੀ ਭਾਰੀ ਮੀਂਹ ਦੇ ਕਾਰਨ ਯੂਨੀਵਰਸਿਟੀ ਵਿੱਚ ਜਿੱਥੇ ਪਾਣੀ ਪਾਰ ਗਿਆ ਉੱਤੇ ਹੀ ਭਾਂਡੇ ਰੁੜਦੇ ਵੀ ਵਿਖਾਈ ਦਿੱਤੇ ਸੰਗਰੂਰ ਦਾ ਕਿਸਾਨ ਹਫਤਾਵਾਰੀ ਲਾਟਰੀ ਦਾ ਪਹਿਲਾ ਨਾਮ ਜਿੱਤ ਕੇ ਬਣਿਆ ਲੱਖਪਤੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਪਾਪੜਾਂ ਦਾ ਇੱਕ ਕਿਸਾਨ ਪੰਜਾਬ ਸਟੇਟ ਡੀਅਰ 500 ਦੀ ਸ਼ੁੱਕਰਵਾਰ ਹਫਤਾਵਾਰੀ ਲਾਟਰੀ ਦਾ ਪਹਿਲਾ ਇਨਾਮ 75 ਲੱਖ ਰੁਪਏ ਜਿੱਤ ਕੇ ਰਾਤੋਂ ਰਾਤ ਲੱਖਪਤੀ ਬਣ ਗਿਆ ਉਹ ਪਿਛਲੇ 20 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਆਇਆ ਕਦੇ ਵੀ ਉਸਨੇ ਸੁਪਨੇ ਚ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਐਡਾ ਵੱਡਾ ਇਨਾਮ ਜਿੱਤ ਜਾਵੇਗਾ ਇਨਾਮੀ ਰਾਸ਼ੀ ਲੈਣ ਦੇ ਲਈ ਪੰਜਾਬ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਟਿਕਟਾਂ ਤੇ ਲੋਨਿੰਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਗਏ ਹਨ। ਦੀਪਿੰਦਰ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਥਾਂ ਸੰਭਾਲਣਗੇ ਜ਼ਿੰਮੇਵਾਰੀ ਸੀਨੀਅਰ ਐਡਵੋਕੇਟ ਦੀਪਿੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਦੀਪਿੰਦਰ ਸਿੰਘ ਹੁਣ ਅਤੁਲ ਨੰਦਾ ਦੀ ਥਾਂ ਤੇ ਜਿੱਦੀ ਜ਼ਿੰਮੇਵਾਰੀ ਸੰਭਾਲਣਗੇ ਦੱਸਦੀ ਹੈ ਦੀਪਿੰਦਰ ਸਿੰਘ ਪਟਵਾਲੀਆ ਨੇ ਦਿਨਕਰ ਗੁਪਤਾ ਦੀ ਬਤ ਔਰ ਡੀਜੀਪੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਸੀ ਪੰਜਾਬ ਪੁਲਿਸ ਨੂੰ ਮਿਲੀ ਸਫਲਤਾ ਤਰਨਤਾਰਨ ਤੋਂ ਤਿੰਨ ਅੱਤਵਾਦੀ ਗ੍ਰਿਫਤਾਰ ਉਨ੍ਹਾਂ ਕੋਲ ਹਥਿਆਰ ਵੀ ਬਰਾਮਦ ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਤੋਂ ਤਿੰਨ ਅੱਤਵਾਦੀਆਂ ਨੂੰ ਹਥਿਆਰਾਂ ਤੇ ਵਿਸਫੋਟਕਾਂ ਸਮੇਤ ਗ੍ਰਿਫਤਾਰ ਕੀਤਾ ਤਿੰਨੇ ਅੱਤਵਾਦੀ ਇੱਕ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਪੰਜਾਬ ਦੇ ਵਿੱਚ دہشت ਫਲਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪੂਰੇ ਪੁਲਿਸ ਨੇ ਪੂਰੇ ਇਲਾਕੇ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ ਤਿੰਨੋਂ ਅੱਤਵਾਦੀ ਪੰਜਾਬ ਦੇ ਮੂਗਾ ਜ਼ਿਲ੍ਹੇ ਦੇ ਵਸਨੀਕ ਹਨ ਇਨਾਂ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਰੌਲੀ, ਕਮਲਪ੍ਰੀਤ ਸਿੰਘ ਮਾਨ ਵਾਸੀ, ਵਾਰਡ ਨੰਬਰ 6 ਮੋਗਾ ਤੇ ਕਮਰਪਾਲ ਸਿੰਘ ਵਾਸੀ ਗੋਬਿੰਦ ਬਸਤੀ ਮੋਗਾ ਵੱਜੇ ਹੋਈ ਆ ਤਰਨਤਾਰਨ ਦੇ ਐਸਐਸਪੀ ਉਪੇਂਦਰਜੀਤ ਸਿੰਘ ਨੂੰ ਮੰਨੇ ਦੱਸਿਆ ਕਿ ਥਾਣਾ ਪਿੱਕੀਵਿੰਡ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਪੱਡਿਆ ਆਪਣੀ ਟੀਮ ਨਾਲ ਰਾਤ ਸਮੇਂ ਗਸ਼ਟ ਤੇ ਸੰਤਾਂ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਨੇੜੇ ਨਾਕੇ ਦੇ ਦੌਰਾਨ ਸ਼ੱਕ ਦੇ ਆਧਾਰ ਤੇ ਇੱਕ ਕਾਰ ਨੂੰ ਰੋਕਿਆ ਜਿਸ ਤੋਂ ਬਾਅਦ ਇਹਨਾਂ ਤਿੰਨਾਂ ਦੀ ਸਵਾਕਾਰ ਸਵਾਰਾਂ ਦੀ ਤਲਾਸ਼ੀ ਲਈ ਇਹਨਾਂ ਦੇ ਕੋਲੋਂ ਹਥਿਆਰ ਅਤੇ ਵਿਸਫੋਟਕ ਬਰਾਮਦ ਹੋਏ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਲਾਕਡਾਊਨ ਤੋਂ ਬਾਅਦ ਆਖਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਟਵਾਲੀ ਆਪਣੀ ਦਾੜੀ ਲੋਕਾਂ ਨੇ ਕੀਤੇ ਕਮੈਂਟਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਵਲੇ ਅਮਰੀਕਾ ਦੇ 3 ਦਿਨਾਂ ਦੌਰੇ ਤੇ ਅੰਬੋਦਵਾਰ ਨੂੰ ਉੱਚ ਪਦਰੀ ਅਮਰੀਕੀ ਦੌਰੇ ਦੀ ਸ਼ੁਰੂਆਤ ਕੀਤੀ ਵਾਸ਼ਿੰਗਟਨ ਡੀਸੀ ਪਹੁੰਚਣ ਤੇ ਪ੍ਰਧਾਨ ਮੰਤਰੀ ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੇ ਨਿੱਘਾ ਸਵਾਗਤ ਕੀਤਾ ਇੱਥੇ ਉਹਨਾਂ ਨੇ ਕੈਮਰੇ ਲਈ ਇੱਕ ਪੋਜ਼ ਵੀ ਦਿੱਤਾ ਤੇ ਹੱਥ ਵੀ ਹਿਲਾਇਆ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਦਾੜੀ ਵੀ ਕਟਵਾ ਲਈ ਪੰਜਾਬ ਦੇ ਨਵੇਂ ਮੰਤਰੀਆਂ ਦੀ ਸੂਚੀ ਤਿਆਰ ਸੂਨੀਆ ਦੀ ਅੱਜ ਲੱਗੇਗੀ ਮੋਹਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਨਵੀਂ ਕੈਬਨਿਟ ਦੀ ਸੂਚੀ ਦਿੱਲੀ ਦੇ ਵਿੱਚ ਤਿਆਰ ਹੈ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਕਰੀਬੀ 4 ਤੋਂ 5 ਮੰਤਰੀ ਕੈਬਨਿਟ ਤੋਂ ਬਾਹਰ ਹੋ ਸਕਦੇ ਨੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਕਰੀਬੀ ਪ੍ਰਗਟ ਸਿੰਘ ਸਾਹਨੇ 5-6 ਨਵੇਂ ਮੰਤਰੀਆਂ ਨੂੰ ਵਜ਼ਾਰਤ ਮਿਲ ਸਕਦੀ ਹੈ ਅੰਤਮ ਫੈਸਲਾ ਸੂਨੀਆ ਗਾਂਧੀ ਨੇ ਲੈਣਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਵੱਲੋਂ ਸੂਪੀ ਸੂਚੀ ਦੇ ਵਿੱਚ ਕੈਪਟਨ ਤੜੇ ਦੇ 5-7 ਮੰਤਰੀ ਬਾਹਰ ਕੀਤੇ ਗਏ ਹਨ ਉਹਨਾਂ ਦੀ ਥਾਂ ਤੇ ਸਾਫ ਅਕਸ ਵਾਲੇ ਨਾਵੇਂ ਚਿਰੇ ਲਿਆਂਦੇ ਗਏ ਹਨ ਕੈਪਟਨ ਵੱਲੋਂ ਲਾਇਆ ਅਧਿਕਾਰੀਆਂ ਦੀ ਸ਼ਾਂਤੀ ਸ਼ੁਰੂ ਚੰਨੀ ਦੇ ਨਿਰਦੇਸ਼ਾਂ ਤੇ 13 OSD ਚੱਕ ਦਿੱਤੇ ਗਏ ਬੋਰਡ ਕਾਰਪੋਰੇਸ਼ਨਾਂ ਅਤੇ ਕਮਿਸ਼ਨ ਦੀ ਕੁਰਸੀ ਤੇ ਕਾਬਜ ਸਾਬਕਾ ਅਧਿਕਾਰੀਆਂ ਤੇ ਲਟਕੀ ਤਲਵਾਰ ਚਰਨਜੀਤ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਦੁਆਰਾ ਲਾਏ ਗਏ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਉੱਚ ਅਧਿਕਾਰੀਆਂ ਨੂੰ ਲੈ ਕੇ ਮੁਖ ਸਕੱਤਰ ਨੂੰ ਬਦਲਣ ਦਿੱਤਾ ਗਿਆ ਇਸ ਦੇ ਮਤੇ ਨਜ਼ਰ ਕਾਰਪੋਰੇਸ਼ਨਾਂ ਤੇ ਕਮਿਸ਼ਨ ਦੀ ਕੁਰਸੀ ਤੇ ਬਿਰਾਜਮਾਨ ਸਾਬਕਾ ਅਧਿਕਾਰੀਆਂ ਹੁਣ ਵੀ ਖਤਰੇ ਦੀ ਤਲਵਾਰ ਲਟਕ ਰਹੀ ਆ ਗਲਤ ਵਸਤੂ ਬੈਠਣ ਦਾ ਪਤਾ ਲੱਗਣ ਤੇ ਕੁੜੀ ਨੇ ਚਲਦੀ ਬਸ ਨੂੰ ਮਾਰੀ ਛਾਲ ਹੋਈ ਜ਼ਖਮੀ ਬਟਾਲਾ ਦੇ ਸਥਾਨਕ ਉਮਰਪੁਰਾ ਚੌਂਕ ਦੇ ਨੇੜੇ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਚਲਦੀ ਬਸ ਤੋਂ ਇੱਕ ਕੁੜੀ ਨੇ ਛਾਲ ਮਾਰ ਦਿੱਤੀ ਛਾਲ ਮਾਰਨ ਦੇ ਕਰਕੇ ਕੁੜੀ ਸੜਕ ਤੇ ਡਿੱਗ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਦੁੱਧ ਪੀਣ ਦੀ ਜਿੱਦ ਕਰਨ ਤੇ ਮਾਂ ਨੇ 마ਸੂਮ ਪੁੱਤ ਨੂੰ ਜ਼ਮੀਨ ਤੇ ਸੁੱਟਿਆ ਬੱਚੇ ਦੀ ਮੌਤ ਸੋ ਬੱਚਾ ਦੁੱਧ ਪੀਣ ਦੀ ਜਿੱਦ ਕਰ ਰਿਹਾ ਸੀ ਗੁੱਸੇ 'ਚ ਆਈ ਮਾਂ ਨੇ ਉਸ ਨੂੰ ਜ਼ਮੀਨ ਤੇ ਮੰਜੇ ਤੋਂ ਮਾਰਿਆ ਚੱਕ ਕੇ ਤੇ ਬੱਚੇ ਦੀ ਜਿਹੜੀ ਮੌਤ ਹੋ ਗਈ ਆ ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਜ਼ਿਲ੍ਹੇ ਦੇ ਠਾਣਾ ਦੀਨਪੰਦੇ ਸੈਕਟਰ 5 ਦੇ ਵਿੱਚ ਰਹਿੰਦੇ 22 ਸਾਲਾ ਸਤਵਿਕ ਕਰਾਵ ਨੇ ਦੁੱਧ ਪੀਣ ਦੀ ਜ਼ਿੱਦ ਕੀਤੀ ਤਾਂ ਉਸ ਦੀ ਮਾਂ ਨੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਚੋਣ ਮਹੀਮ ਰੁਕੀ ਕਿਸਾਨ ਆਗਮਾਂ ਨਾਲ ਖੁੱਲ੍ਹ ਖੁੱਲੇ ਟਕਰਾਅ ਦੇ ਮੂਡ ਵਿੱਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਿਸਾਨ ਮੋਰਚੇ ਤੇ ਆਗਮਾਂ ਦੇ ਦਰਮIAN ਵਿਵਾਦ ਰੋਜ਼ਾਨਾ ਹੀ ਵਾਧਾ ਜਾ ਰਿਹਾ ਹੈ ਤੇ ਆਗਮਾਂ ਨੂੰ ਆੜੇ ਹੱਤੀ ਲਿਆ ਗਿਆ ਉੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਕਿਸਾਨਾਂ ਦੇ ਨਿਸ਼ਾਨੇ ਤੇ ਆ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਮੁੱਖ ਪ੍ਰਧਾਨ ਸੁਖਬੀਰ ਬਾਦਲ ਆਪਣੀ ਪਾਰਟੀ ਦੀ ਚੋਣ ਮਹਮਲ ਗੱਲ ਪੰਜਾਬ ਦੀ ਨੂੰ ਕੁਝ ਹੋਰ ਦਿਨਾਂ ਲਈ ਮੁਅਤਲ ਕਰਦੇ ਹੋਏ ਕਿਸਾਨਾਂ ਅਗਵਾਾਂ ਦੇ ਟਕਰਾ ਦੇ ਦੋਸ਼ ਲਾਏ ਨੇ ਕਿਸਾਨਾਂ ਦੇ ਖਾਤੇ ਵਿੱਚ 6000 ਦੀ ਥਾਂ ਤੇ ਆਉਣਗੇ 12000 ਰੁਪਏ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਇੱਕ ਹੋਰ ਵੱਡਾ ਫੈਸਲਾ ਲਿਆ ਜਿਸ ਦੇ ਨਾਲ ਸਰਕਾਰ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ 12000 ਦੀ ਥਾਂ ਤੇ 6000 ਦੀ ਥਾਂ ਤੇ 12000 ਰੁਪਏ ਸਾਲਾਨਾ ਦੇ ਸਕਦੀ ਹੈ ਜੇਕਰ ਮੀਡੀਆ ਰਿਪੋਰਟਸ ਦੀ ਮੰਨੀ ਹੈ ਤਾਂ ਕਿਸਾਨਾਂ ਨੂੰ ਉਪਲਬਧ ਇਸ ਸਹੂਲਤਾਂ ਨੂੰ ਦੁੱਗਣਾ ਕਰਨ ਬਾਰੇ ਕੇਂਦਰ ਸਰਕਾਰ ਕਰ ਰਹੀ ਆ ਵਿਚਾਰ ਜੇਕਰ ਅਜਿਹਾ ਹੁੰਦਾ ਤਾਂ ਕਿਸਾਨਾਂ ਦੀ 6000 ਤੇ بجائے ਹਰ ਸਾਲ ਤਿੰਨ ਕਿਸ਼ਤਾਂ ਚੋਂ 12-12000 ਰੁਪਏ ਮਿਲਣਗੇ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਚ ਹੋਣਗੇ ਸਖਤ ਪ੍ਰਬੰਧ ਉਮੀਦਵਾਰ ਇਹਨਾਂ ਗੱਲਾਂ ਦਾ ਰੱਖਣਾ ਧਿਆਨ ਪੰਜਾਬ ਪੁਲਿਸ ਦੇ ਜ਼ਿਲ੍ਹਾ ਤੇ ਹਥਿਆਰਬੰਦ ਕਾਟਰਾਂ ਦੀਆਂ ਕਾਂਸਟੇਬਲ ਦੀਆਂ 4. 71 ਲੱਖ ਤੋਂ ਵੱਧ ਉਮੀਦਵਾਰਾਂ ਦੇ ਲਿਖਤੀ امتحانات ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਸੋ ਜਿੱਥੇ ਸਖਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਬੱਚਿਆਂ ਦਾ ਪੇਪਰ ਜਿਹੜਾ ਬਿਲਕੁਲ ਠੀਕ ਢੰਗ ਦੇ ਨਾਲ ਹੋ ਸਕੇ ਲਿਖਤੀ ਪ੍ਰੀਖਿਆਵਾਂ ਦੇ ਸਬੰਧ ਵਿੱਚ ਡੀਓ ਅਤੇ ਡੀਓਐਨ ਤੀਨੂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਪਰ ਪੁਲਿਸ ਅਧਿਕਾਰੀ ਤ ਪੰਨਿਆਂ ਦੇ ਰਾਹੀਂ ਵਿਆਪਕ ਤੌਰ ਤੇ ਪ੍ਰਸਾਰਿਤ ਕੀਤਾ ਗਿਆ ਹੈ ਕੌਨਸਟੇਬਲਾਂ ਦੇ ਕੇਂਦਰੀ ਭਰਤੀ ਪ੍ਰੀਖਿਆ ਬੋਰਡ ਐਡੀਜੀਪੀ ਕਮ ਚੇਅਰ ਪ੍ਰਸਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਆਰਮਰ ਕਾਟਰ ਦੀਆਂ ਕੌਨਸਟੇਬਲ ਦੀਆਂ 4358 ਸਾਮੀਆਂ ਲਈ 471007 ਉਮੀਦਵਾਰਾਂ ਨੇ ਦਾਖਲਾ ਕਾਢ ਜਾਰੀ ਕੀਤੇ ਗਏ ਨੇ ਸੋ ਜਿਨ੍ਹਾਂ ਦੇ ਪੇਪਰ ਲੈ ਜਾਣਗੇ ਧੰਨਵਾਦ